ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹਿਸਰੂ ਤੈਨ ਪਿਆਰਪਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਅੰਜ ਹੁਣ ਦੇ ਪਹਿਲੇ ਵੱਡੀ ਖਬਰ ਦੇ ਵੱਲ ਮੌਸਮੇ ਬਦਲਾਅ ਕੇ ਸਾਨ ਦੇ ਲਈ ਖਤਰੇ ਦੇ ਘੰਟੇ ਨਵੰਬਰ ਆ ਮਹੀਨੇ ਦੇ ਵਿੱਚ ਵੀ 30 ਡਿਗਰੀ ਪਾਰਾ ਕਣਕ ਦੇ ਫਸਲ ਦੇ ਲਈ ਵੱਡਾ ਖਤਰਾ ਮੌਸਮ ਅਤੇ ਖੇਤੀ ਮੈਕਮੇ ਦੀ ਚੇਤਾਵਨੀ ਤਾਂ ਦੋਸਤੋ ਮੌਸਮੇ ਬਦਲਾਅ ਕਸਾਨਾ ਦੇ ਲਈ ਖਤਰੇ ਦੀ ਘੰਟੇ ਹਦਾ ਪੰਜਾਬ ਦੇ ਅੰਦਰ ਆ ਖਾਸ ਅਸਰ ਆ ਵੇਖਣ ਨੂੰ ਮਿਲ ਪਾਰਿਆ ਪਹਿਲਾਂ ਬਾਰਿਸ਼ ਨਾ ਹੋਣ ਦੇ ਕਾਰਨ ਚੁੰਨ ਦੇ ਲਵਾਈ ਲੇਟ ਹੋਇਆ ਤੇ ਹੁਣ ਗਰਮੀ ਦੇ ਕਾਰਨ ਕਣਕ ਦੇ ਬਜਾਈ ਪਛੜ ਰਹੀਆ ਨਵੰਬਰ ਚੜ ਗਿਆ ਹੈ ਪਰ 12° ਸੈਲਸੀਅਸ ਤੋਂ ਪਾਰ ਹੈ ਇਸ ਲਈ ਕਣਕ ਦੇ ਬਜਾਈ ਕਰਨ ਤੋਂ ਕਿਹਸਾਂ ਜਿਹੜੇ ਚੈਜ ਕਰਿਆ ਹੰਤੇ ਉਹਨਾਂ ਨੂੰ ਇਹ ਵੀ ਡਾਇਰੈਕਟ ਕਣਕ ਦੇ ਬਜਾਈ ਪਾਛੜਨ ਦੇ ਨਾਲ ਝਾੜ ਦੇ ਉੱਪਰ ਵੀ ਫਰਕ ਪਵੇਗਾ। ਭਲਕੇ ਤੋਂ 70 ਸਾਲ ਤੋਂ ਬਾਅਦ ਉਮਰ ਦੇ ਬਜ਼ੁਰਗਾਂ ਨੂੰ ਮਿਲੇਗੀ ਇਹ ਵਿਸ਼ੇਸ਼ ਸੁਹੂਲਤਾ। ਹੁਣ ਆਯੁਸ਼ਮਨ ਭਾਰਤ ਜੋ ਇਹਨਾਂ ਦਾ ਲਾਭ 70 ਸਾਲ ਤੋਂ ਬਾਅਦ ਉਮਰ ਦੇ ਬਜ਼ੁਰਗਾਂ ਨੂੰ ਵੀ ਮਿਲੇਗਾ ਕੇਂਦਰ ਸਰਕਾਰ ਨੇ 70 ਸਾਲ ਜਾਂ ਇਸ ਤੋਂ ਬਾਅਦ ਉਮਰ ਦੇ ਸੀਨੀਅਰ ਨਾਗਰਿਕਾਂ ਦੇ ਲਈ ਆਯੁਸ਼ਮਨ ਭਾਰਤ ਪ੍ਰਧਾਨ ਮੰਤਰੀ ਜਾਨ ਅਰੋਗਿਆ ਯੋਜਨਾ ਤਹਿਤ 5 ਲੱਖ ਰੁਪਏ ਤੱਕ ਦੇ ਮੁਆਫਤਾ ਇਲਾਜ ਸਹੂਲਤ ਪ੍ਰਦਾਨ ਕਰਨ ਦਾ ਐਲਾਨ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੀਵਾਲੀ ਦੇ ਮੌਕੇ ਤੇ ਐਸਐਸ ਯੋਜਨਾ ਦੀ ਸ਼ੁਰੂਆਤ ਕੀਤੀ ਜਿਸ ਦਾ ਲਾਭ ਲਗਭਗ 1,117,129 ਬਜ਼ੁਰਗਾਂ ਨੂੰ ਮਿਲੇਗਾ ਸਕੀਮ ਦੇ ਲਾਭ ਐਸਐਸ ਸਕੀਮ ਦੇ ਤਹਿਤ ਬਜ਼ੁਰਗਾਂ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 5 ਲੱਖ ਰੁਪਏ ਤੱਕ ਦਾ ਮਾਫ਼ਤਾਂ ਇਲਾਜ ਕਰਵਾ ਸਕਣਗੇ ਬਜ਼ੁਰਗਾਂ ਨੂੰ ਵਿਸ਼ੇਸ਼ ਤੌਰ ਤੇ ਕਾਰਡ ਮਿਆ ਕਰਵਾਏ ਜਾਣਗੇ ਜਿਸ ਰਾਹੀਂ ਉਹ ਐਸ ਸੁਲਾਦਾ ਲਾਭ ਉਠਾ ਸਕਣਗੇ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਘੰਟਾਲ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤਨਖਾਈਆ ਐਲਾਨੇ ਸੁਖਬੀਰਾਬਾਦਲ ਦੇ ਮਾਮਲੇ ਦੇ ਵਿੱਚ ਜਥੇਦਾਰ ਗੈਨੇ ਰਗਵੀਰ ਸੰਗਣਿਆ ਸੱਦੇ ਸੈਖਾ ਬਦਵਾਨਾਂ ਦੇ ਬੈਠਕ ਪੰਜਾਂ ਤਖਤਾਂ ਦੇ ਸੰਗਤ ਸਹਿਬਾਨ ਦੇ ਵੱਲੋਂ 30 ਅਗਸਤ 2024 ਨੂੰ ਤਨਖਾਈਆ ਇਕਰਾਰ ਦਿੱਤੇ ਗਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰਾਬਾਦਲ ਦੇ ਮਾਮਲੇ ਦੇ ਸੰਬੰਧੇ ਵਿਚਾਰ ਵਟਾਂਦਰੇ ਦੇ ਲਈ ਸ੍ਰੀ ਅਕਾਲ ਤਖਤ ਸਭ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ 6 ਨਵੰਬਰ ਨੂੰ ਸਵੇਰੇ 11 ਵਜੇ ਸੈਖਾ ਵਿਦਵਾਨਾਂ ਦੀ ਇੱਕ ਬੈਠਕ ਬੁਲਾਈ ਗਈ ਹੈ ਸੈਖਾ ਬੁੱਧੇ ਜੀ ਵੀ ਡਾਕਟਰ ਇੰਦਰਜੀਤ ਸੰਘਾ ਗੋਗੁਆਣੀ ਨੇ ਦੱਸਿਆ ਕਿ ਉਹਨਾਂ ਨੂੰ ਇਸ ਮੀਟਿੰਗ ਸੰਬੰਧੀ ਇੱਕ ਪੱત્ર ਪ੍ਰਾਪਤ ਹੋਇਆ ਮੀਟਿੰਗ ਦੇ ਵਿੱਚ ਸੁਖਬੀਰ ਆਵਾਦਨ ਨੂੰ ਧਾਰਮਿਕ ਸਜਾ ਸੁਣਾਉਣ ਦਾ ਮੁੱਦਾ ਜਿਹੜਾ ਵਿਚਾਰਿਆ ਜਾਵੇਗਾ ਮੀਟਿੰਗ ਦੇ ਵਿੱਚ ਜਾਂ ਹੋਰ ਆ ਧਾਰਮਿਕ ਮੁੱਦਿਆਂ ਤੇ ਵੀ ਚਰਚਾ ਕੀਤੀ ਜਾਵੇਗੀ ਮੀਟਿੰਗ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਮਨਜੀਤ ਸਿੰਘ ਵੀ ਸ਼ਾਮਲ ਹੋਣਗੇ ਪੁਲਿਸ ਮੁਲਾਜ਼ਮਾਂ ਦੇ ਬੱਚਿਆਂ ਦੇ ਲਈ ਅਹਿਮਾ ਖਬਰ ਚੰਡੀਗੜ੍ਹ ਪੁਲਿਸ ਨੇ ਮੁਲਾਜ਼ਮਾਂ ਦੇ ਬੱਚਿਆਂ ਦੇ ਭਲਾਈ ਦੇ ਉਦੇਸ਼ ਦੇ ਨਾਲ ਅਕਾਦਮਿਕ ਸੈਸ਼ਨ 2023-24 ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਦੇ ਲਈ ਵਜੀਫਾ ਅਰਜ਼ੀਆਂ ਮੰਗਾ ਹਨ ਤੇ ਇਸ ਤਹਿਤ ਅਕਾਦਮਿਕ ਖੇਤਰਾਂ ਦੇ ਨਾਲ ਨਾਲ ਖੇਡਾਂ ਗਾਇਕੀ ਡਾਂਸ ਅਤੇ ਹੋਰ ਪ੍ਰਾਤਿਵਾਦ ਦੇ ਵਿੱਚ ਮਲਾ ਮਾਰਨ ਵਾਲੇ ਬੱਚਿਆਂ ਨੂੰ ਵੀ ਇਨਾਮ ਜਾਂ ਪ੍ਰਸ਼ੰਸਾ ਦਿੱਤੇ ਜਾਣਗੇ ਸਕਾਲਰਸ਼ਿਪ ਦੇ ਲਈ ਅਰਜ਼ੀ ਦੀ ਪ੍ਰਕਿਰਿਆ 21 ਨਵੰਬਰ ਤੱਕ ਜਾਰੀ ਰਹੇਗੀ ਅਰਜ਼ੀ ਫਾਰਮ ਚੰਡੀਗੜ੍ਹ ਪੁਲਿਸ ਦੀ ਵੈਬਸਾਈਟ ਤੇ ਉਪਲਬਧ ਹਨ ਸਾਰੇ ਇੱਛਾ ਕਮਾਪੇ ਵਿਨੇ ਪੱਤਰ ਭਰ ਕੇ 21 ਨਵੰਬਰ ਤੱਕ ਕਲਿਆਣ ਸ਼ਾਖਾ ਸੈਕਟਰ 26 ਵਿਖੇ ਜਮ੍ਹਾਂ ਕਰਵਾ ਸਕਦੇ ਹਨ ਨਿਰਧਾਰਤ ਮਿਤੀ ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ ਸਵਕਾਰ ਨਹੀਂ ਕੀਤੀਆਂ ਜਾਣਗੀਆਂ 65000 ਲੋਕਾਂ ਦੇ ਆਧਾਰ ਕਾਰਡ ਹੋ ਸਕਦੇ ਹਨ ਰੱਦ ਆਧਾਰ ਕਾਰਡ ਕਵਤ ਕਰਨ ਦੇ ਲਈ ਇੱਕ ਵੱਡੀ ਖਬਰ ਹੈ ਸਰਕਾਰ 65000 ਲੋਕਾਂ ਦੇ ਆਧਾਰ ਕਾਰਡ ਰੱਦ ਕਰ ਸਕਦੇ ਆ ਦਰਅਸਲ ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਨੇ ਆਧਾਰ ਕਾਰਡ ਬੱਚਾ ਦਾਸਾਲਾ ਜਾਂ ਇਸ ਤੋਂ ਬਾਅਦ ਪ੍ਰਾਣੀ ਜਾਣਕਾਰੀ ਨੂੰ ਅਪਡੇਟ ਕਰਨ ਲਈ ਮਾਫਤਾ ਆਨਲਾਈਨ ਸੂਲਤਾ ਪ੍ਰਦਾਨ ਕੀਤੇ ਆ ਕੇਂਦਰ ਸਰਕਾਰ ਨੇ ਆਧਾਰ ਕਾਰਡ ਦੇ ਵਿੱਚ ਜਾਣਕਾਰੀ ਅਪਡੇਟ ਕਰਨ ਦੀ ਸਮਾਂ ਸੀਮਾ ਕਈ ਵਾਰ ਵਧਾ ਦਿੱਤੀ ਪਰ ਫਿਰ ਵੀ ਹਜ਼ਾਰਾਂ ਲੋਕਾਂ ਨੂੰ ਇਹ ਕੰਮ ਨਹੀਂ ਮਿਲਿਆ ਪੋਪਾਲ ਦੇ ਵਿੱਚ ਕਰੀਬ 65000 ਲੋਕਾਂ ਦੇ ਆਧਾਰ ਕਾਰਡ ਜਿਨ੍ਹਾਂ ਨੇ ਹੁਣ ਤੱਕ ਆਪਣਾ ਆਧਾਰ ਅਪਡੇਟ ਨਹੀਂ ਕੀਤਾ ਉਹਨਾਂ ਦੇ ਆਧਾਰ ਕਾਰਡ ਰੱਦ ਹੋ ਸਕਦੇ ਹਨ ਇਸ ਦੇ ਲਈ ਤਾਨੂੰ ਮਾਈ ਅਧਾਰ ਪੋਰਟਲ ਤੇ ਜਾ ਕੇ ਜ਼ਰੂਰੀ ਦਸਤਾਵੇਜ਼ ਆ ਅਪਲੋਡ ਕਰਨੇ ਹੋਣਗੇ ਹੁਣ ਤੁਸੀਂ ਵੀ ਜਾਤਾ ਸਕਦਾ 1001 ਰੁਪਏ Google Pay ਨੇ ਦਿੱਤਾ ਧਮਾਕੇਦਾਰ ਆਫਰ ਜਾਣੋ ਕਿਵੇਂ ਮਿਲੇਗਾ ਫਾਇਦਾ Google Pay ਆਫਰ ਹੈ UPI ਸੇਵਾ Google Pay ਨੂੰ ਵੀ ਦੇਖਦੇ ਵਿੱਚ ਸਭ ਤੋਂ ਬਾਅਦ ਦਾ ਵਰਤ ਹੈ ਜਨਮ ਵਾਲਾ ਐਪ ਮੰਨਿਆ ਜਾਂਦਾ ਹੁਣ Google Pay ਨੇ ਲੋਕਾਂ ਦੇ ਲਈ ਇੱਕ ਸ਼ਾਨਦਾਰ ਆਫਰ ਪੇਸ਼ ਕੀਤਾ ਹੈ ਜਿਸ ਦੇ ਰਾਈ ਲੋਕ 1001 ਰੁਪਏ ਜਾਤਾ ਸਕਦੇ ਹਨ ਤਾਂ ਦੱਸਦੇ ਆ ਕਿ ਇਹ ਆਫਰ ਫਾਸਟਬਾ ਸੇਜੰਤੇ ਸ਼ੁਰੂ ਕੀਤਾ ਗਿਆ ਸੀ ਜੋ ਕਿ ਹਜੇ ਵੀ ਲਾਈਵ ਹੈ ਐਸ ਆਫਰ ਦੇ ਵਿੱਚ ਯੂਜ਼ਰ ਨੂੰ 1001 ਰੁਪਏ ਤੱਕ ਦਾ ਕੈਸ਼ਬੈਕ ਮਿਲ ਸਕਦਾ ਤੁਹਾਡੀ ਜਾਣਕਾਰੀ ਦੇ ਲਈ ਅਸੀਂ ਤੁਹਾਨੂੰ ਇਹ ਦੱਸਦੇ ਹਾਂ ਕਿ ਇਸ ਆਫਰ ਦਾ ਲਾਭ ਲੈਣ ਦੇ ਲਈ ਤੁਹਾਨੂੰ ਕੁਝ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ ਦਰਅਸਲ Google Pay ਦੇ ਐਸ ਆਫਰ ਦੇ ਤਹਿਤ ਤੁਹਾਨੂੰ 6 ਵੱਖ-ਵੱਖ ਤਰ੍ਹਾਂ ਦੇ ਲੱਡੂ ਜਮ੍ਹਾਂ ਕਰਨ ਦੀ ਜਾਣਕਾਰੀ ਦੇ ਮੁਤਾਬਕ Google Pay ਦੇ ਐਸ ਆਫਰ ਦੇ ਵਿੱਚ ਯੂਜ਼ਰ ਜਿਨੂੰ 51 ਰੁਪਏ ਤੋਂ ਲੈ ਕੇ 1001 ਰੁਪਏ ਤੱਕ ਦਾ ਕੈਸ਼ਬੈਕ ਜਿਹੜਾ ਮਿਲ ਸਕਦਾ ਅਜਿਹ ਦੇ ਵਿੱਚ ਜੇ ਤੁਸੀਂ ਵੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਆਨਲਾਈਨ ਪੇਮੈਂਟ ਦੇ ਲਈ Google Pay ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਇਸ ਆਫਰ ਦਾ ਵੱਡਾ ਫਾਇਦਾ ਲੈ ਸਕਦੇ ਤਨਦਾਦੀ ਇੱਕ ਕੈਸ਼ਬੈਕ ਦੇ ਲਈ ਤੁਹਾਡੇ ਕੋਲ ਹੈ ਦੇ ਵਿੱਚੋਂ ਘੱਟ ਤੋਂ ਘੱਟ 1 ਲੱਡ ਹੋਣਾ ਚਾਹੀਦਾ ਤੇ ਐਸਾ ਆਫਰ ਨੂੰ 1 ਅਕਤੂਬਰ ਤੋਂ ਸ਼ੁਰੂ ਕੀਤਾ ਗਿਆ ਸੀ ਜੋ ਕਿ 7 ਨਵੰਬਰ ਤੱਕ ਚੱਲੇਗਾ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਆ ਬਦਲਾਅ ਨੂੰ ਲੈ ਕੇ ਆਇਆ ਵੱਡਾ ਅਪਡੇਟ ਆ ਸਾਹਮਣੇ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਆ ਬਦਲਾਅ ਨੂੰ ਲੈ ਕੇ ਇੱਕ ਵੱਡਾ ਅਪਡੇਟ ਆ ਸਾਹਮਣੇ ਆ ਚੁੱਕਿਆ ਮੌਸਮਾ ਵਿਭਾਗ ਨੇ ਪੰਜਾਬ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਇਸ ਤੋਂ ਬਾਅਦ ਠੰਡ ਵਧੇਗੀ ਅਤੇ ਆਪਣੀ ਪੂਰੀ ਤਾਕਤ ਹਾਸਲ ਕਰ ਲਵੇਗੀ ਇਸ ਕਾਰਨ ਪੰਜਾਬੀਆਂ ਨੂੰ ਹੁਣ ਰਜਾਈਆਂ ਕੰਬਲ ਅਤੇ ਗਰਮ ਕੱਪੜੇ ਕੱਢਣੇ ਚਾਹੀਦੇ ਹਨ ਮੌਸਮਾ ਵਿਭਾਗ ਨੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਜਮੀ ਪੈਨ ਦੀ ਤਾਜ਼ਾ ਭਵਿਕ ਬਣ ਜਾਰੀ ਕੀਤਾ ਦਿਵਾਲੀ ਤੋਂ ਬਾਅਦ ਪੰਜਾਬ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਕਾਫੀ ਹੱਦ ਤੱਕ ਵੱਧ ਚੁੱਕਿਆ ਜਿਸ ਦੇ ਮੱਦੇ ਨਜ਼ਰ ਐਡਵਾਈਜ਼ਰੀ ਜਾਰੀ ਕੀਤੀ ਗਿਆ ਜੇਕਰ ਅਕਤੂਬਰ ਦੇ ਅੰਤ ਦੀ ਗੱਲ ਕਰੀਏ ਤਾਂ ਇਸ ਮਹੀਨੇ ਕੋਈ ਠੰਡ ਨਹੀਂ ਸੀ ਮੌਸਮਾ ਵਿਭਾਗ ਦੇ ਮਾਹਿਰਾਂ ਦੇ ਅਨੁਸਾਰ ਇਸ ਗਰਮੀ ਦਾ ਮੁੱਖ ਕਾਰਨ ਪੱਛਮੀ ਗੜਬੜੇ ਦੇ ਘਾਟ ਹੈ ਜੋ ਕਿ ਉੱਤਰੀ ਭਾਰਤ ਦੇ ਪਹਾੜੀ ਖੇਤਰਾਂ ਵਿੱਚ ਅਮੀ ਅਤੇ ਬਾਰ ਬਾਰ ਹੀ ਲਿਆਉਂਦਾ ਹੈ ਮਹਿਲਾ ਮਨੋ ਕੇਂਦਰ ਸਰਕਾਰ ਦਾ ਵੱਡਾ ਤੋਹਫਾ ਹੁਣ ਰਸੋਈ ਦੇ ਬੱਚਾ ਬਿਲਕੁਲ ਮੁਫਤਾ ਪੱਕੇ ਗਾਂ ਖਾਣਾ ਕੇਂਦਰ ਸਰਕਾਰ ਦੇ ਵੱਲ ਔਰਤਾਂ ਨੂੰ ਰਸੋਈ ਦੇ ਬੱਚਾ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਨ ਅਤੇ ਉਹਨਾਂ ਦੇ ਕੰਮ ਨੂੰ ਸਖਾਲਾ ਬਣਾਉਣ ਦੇ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਅਤੇ ਇਸ ਤਰ੍ਹਾਂ ਕੇਂਦਰ ਸਰਕਾਰ ਦੇ ਵੱਲੋਂ ਔਰਤਾਂ ਨੂੰ ਮੁਫਤ ਵਿੱਚ ਸੋਲਰ ਗੈਸ ਚੁੱਲ੍ਹੇ ਮੁਹੱਈਆ ਕਰਵਾਏ ਜਾਣਗੇ ਇਸ ਸਕੀਮ ਦੇ ਰਾਹੀਂ ਯੋਗ ਔਰਤਾਂ ਨੂੰ ਸੋਲਰ ਸਟੋਵ ਮੁਹੱਈਆ ਕਰਵਾਏ ਜਾਣਗੇ ਜੋ ਕਿ ਸੂਰਜੀ ਊਰਜਾ ਤੇ ਚੱਲਣਗੇ ਸੋਲਰ ਗੈਸ ਚੁੱਲ੍ਹੇ ਦੇ ਨਾਲ ਔਰਤਾਂ ਨੂੰ ਗੈਸ ਪਰਨ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲੇਗਾ ਸਤੁਲਾਵਾ ਇਹ ਬਿਲਕੁਲ ਮੁਫਤ ਹੋਵੇਗਾ ਕਿਸੇ ਵਾਧੂ ਖਰਚੇ ਦੇ ਲੋੜਾ ਨਹੀਂ ਪਵੇਗੇ ਜਿਸ ਦੇ ਨਾਲ ਬਚਤ ਵੀ ਹੋਵੇਗੀ ਸੋਲਰ ਗੈਸ ਸਟੋਵ ਨੂੰ ਹਾਈਬ੍ਰਿਡ ਦਾ ਮੋੜ ਤੇ 24 ਘੰਟੇ ਆਰਾਮ ਦੇ ਨਾਲ ਚਲਾਇਆ ਜਾ ਸਕਦਾ ਐਸ ਸਕੀਮ ਦਾ ਮੁੱਖ ਉਦੇਸ਼ ਆ ਗਰੀਬ ਔਰਤਾਂ ਨੂਰ ਸੋਈ ਦੇ ਨਾਲ ਸਬੰਧਤ ਤਹੂਲਤਾਂ ਪ੍ਰਦਾਨ ਕਰਕੇ ਬਾਲਣ ਦੀ ਸਮੱਸਿਆ ਤੋਂ ਮੁਕਤ ਕਰਨਾ ਅਤੇ ਲੋਕਾਂ ਨੂੰ ਸੂਰਜੀ ਊਰਜਾ ਬਾਰੇ ਜਾਗਰੂਕ ਕਰਨਾ ਜਾਣੋ ਕੌਣ ਹੈ ਯੋਗ ਹੋਵੇਗਾ ਸਰਪਯੋਗ ਔਰਤਾਂ ਹਿਮਾਫਤਾ ਸੂਲਰ ਗੈਸ ਚੁੱਲ੍ਹੇਦਲੀਆ ਪੜਾਈ ਕਰ ਸਕਣਗੀਆਂ ਐਸ ਸਕੀਮ ਦੇ ਅਨੁਸਾਰ ਜਿਨ੍ਹਾਂ ਔਰਤਾਂ ਦੇ ਸਾਲਾਨਾ ਆਮਦਨਾਂ 2.5 ਲੱਖ ਰੁਪਏ ਜਾਂਸਤੋ ਕਾਟਾ ਐਸਐਸ ਸਕੀਮ ਦੇ ਲਈ ਆਨਲਾਈਨ ਅਪਲਾਈ ਕਰ ਸਕਦੇ ਹੋ ਤੇ ਐਸਐਸ ਸਕੀਮ ਦੇ ਤਹਿਤ ਇੱਕਾ ਪਰਿਵਾਰ ਦੇ ਵਿੱਚ ਸਿਰਫ ਇੱਕ ਹੀ ਔਰਤ ਐਸ ਸਕੀਮ ਦਾ ਲਾਭ ਲੈ ਸਕ ਗਿਆ ਅਪਲਾਈ ਕਰਨ ਲਈ ਔਰਤ ਦੀ ਉਮਰ 18 ਸਾਲ ਤੋਂ ਬਾਅਦ ਹੋਣੀ ਚਾਹੀਦੀ ਆ ਜਾਣੋ ਤੁਸੀਂ ਕਿਵੇਂ ਕਰ ਸਕਦੇ ਹੋ ਅਪਲਾਈ ਐਸਐਸ ਸਕੀਮ ਦਾ ਲਾਭ ਲੈਣ ਦੇ ਲਈ ਆਨਲਾਈਨ ਵੀ ਅਰਜੀ ਦਿੱਤੀ ਜਾ ਸਕਦੇ ਆ ਇਸ ਦੇ ਲਈ ਤੁਹਾਨੂੰ ਪੀਐਮ ਸੂਰਿਆਕਾਰ ਜੋਇਨਾ ਦੇ ਅਧਿਕਾਰਤ ਵੈਬਸਾਈਟ ਦੇ ਉੱਤੇ ਜਾਣ ਹੋਵੇਗਾ ਤੇ ਸੋਲਰ ਕੁਕਿੰਗ ਸਟੋਨ ਲਿੰਕ ਤੇ ਕਲਿੱਕ ਕਰਨਾ ਹੋਵੇਗਾ ਉਸ ਤੋਂ ਬਾਅਦ ਤੁਹਾਨੂੰ ਆਨਲਾਈਨ ਐਪਲੀਕੇਸ਼ਨ ਦੇ ਲਈ ਲਿੰਕ ਤੇ ਕਲਿੱਕ ਕਰਕੇ ਅਤੇ ਅਰਜੀ ਫਾਰਮ ਦੇ ਵਿੱਚ ਸਾਰੀ ਜਾਣਕਾਰੀ ਭਰ ਕੇ ਅਪਲਾਈ ਕਰਨਾ ਹੋਵੇਗਾ ਅਪਲਾਈ ਕਰਦੇ ਸਮੇਂ ਬਿਨੇਕਾਰ ਦੇ ਲਈ ਆਧਾਰ ਕਾਰਡ ਪੈਨ ਕਾਰਡ ਬੈਂਕ ਪਾਸਬੁੱਕ ਆਮਦਨ ਸਰਟੀਫਿਕੇਟ ਅਤੇ ਰਹਾਇਸ਼ ਸਰਟੀਫਿਕੇਟ ਪ੍ਰਦਾਨ ਕਰਨਾ ਲਾਜ਼ਮੀ ਹੋਵੇਗਾ ਅਮਰਤ ਮਾਨ ਦੇ ਬਾਲੀਵੁੱਡ ਦੇ ਵਿੱਚ ਐਂਟਰੀ سنی देओल ਦੇ ਨਾਲ ਕਰਨਗੇ ਕੰਮ ਪੰਜਾਬੀ ਸੰਗੀਤ ਅਤੇ ਸਿਨਮਾ ਖੇਤਰ ਦੇ ਵਿੱਚ ਸਫਲ ਮਕਾਮ ਸਥਾਪਿਤ ਕਰਨ ਵਾਲੇ ਪੰਜਾਬੀ ਗਾਇਕ ਅਮਰਤ ਮਾਨ ਹੁਣ ਬਾਲੀਵੁੱਡ ਦੇ ਵਿੱਚ ਵੀ ਆਪਣੀ ਸ਼ਾਨਦਾਰ ਅਮਦ ਦਾ ਇਜ਼ਹਾਰ ਕਰਉਣ ਜਾ ਰਹੇ ਹਨ ਅਮਰਤ ਮਾਨ ਬਾਲੀਵੁੱਡ ਅਦਾਕਾਰ سنی देओल ਦੇ ਆਗਾਮੀ ਅਤੇ ਬਹੁਤ ਚਰਚਾ ਦਾ ਹਿੰਦੀ ਫਿਲਮ ਜਾਟ ਵਿੱਚ ਆਪਣੀ ਸੁਰੇਲੀ ਅਤੇ ਪ੍ਰਭਾਵੀ ਆਵਾਜ਼ ਦਾ ਅਹਿਸਾਸ ਕਰਵਾਉਣਾ ਹੈ